इंटरेस्टिंग स्टोरी है। मतलब शुरू तो थोड़ा इंटरेस्ट बनया रहा कि लास्ट तक हूँ की होएगा। मैनू तो ओवरऑल बहुत वधिया मूवी लगी है, सो मैं चाहना भी साढ़े जो भी सारी पब्लिक है वो जरूर देख आ गई। बहुत ही वधिया, इट्स वेरी इमोशनल एंड इंस्पिरेशनल ऑल्सो। शाहिद कपूर इज हैट्स ऑफ। ਸ਼ੁਕਰ ਜੀ, ਫੈਕਟ ਨਿਊਜ਼ ਬਾਲੀਵੁੱਡ ਚਿੰਗਾਰੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਲਈ ਹਰ ਵਾਰ ਹਰ ਹਫ਼ਤੇ ਲੈ ਕੇ ਆਉਂਦੇ ਹਾਂ ਜੀ ਪਬਲਿਕ ਰਿਵਿਊ ਕਿਸੇ ਨਾ ਕਿਸੇ ਫਿਲਮ ਦੇ ਉੱਤੇ। ਸੋ ਇਸ ਹਫ਼ਤੇ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਰਿਲੀਜ਼ ਹੋਈ ਹੈ ਜਰਸੀ ਫਿਲਮ। ਜੀ ਹਾਂ, ਸ਼ਾਹਿਦ ਕਪੂਰ ਸਟਾਰਰ ਫਿਲਮ ਜਿਸ ਦੇ ਵਿੱਚ ਮ੍ਰਿਣਾਲ ਠਾਕੁਰ ਵੀ ਨਜ਼ਰ ਆ ਰਹੇ ਨੇ। ਸੋ ਇਸ ਫਿਲਮ ਦੀ ਗੱਲ ਕਰੀਏ ਤਾਂ ਬੇਸਿਕਲੀ ਇਸ ਦੇ ਵਿੱਚ ਇੱਕ ਅਸਫਲ ਕ੍ਰਿਕਟਰ ਦੀ ਕਹਾਣੀ ਦਿਖਾਈ ਗਈ ਹੈ ਜੋ ਕਿ ਆਪਣੀ ਦੂਸਰੀ ਪਾਰੀ 36 ਸਾਲ ਦੀ ਉਮਰ ਦੇ ਵਿੱਚ ਖੇਲਣ ਦੀ ਸੋਚਦਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਜੋ ਫਿਲਮ ਹੈ ਇਹ ਸਾਊਥ ਫਿਲਮ ਦਾ ਰੀਮੇਕ ਆ। ਸੋ ਇਸ ਦੇ ਵਿੱਚ ਸ਼ਾਹਿਦ ਕਪੂਰ ਨਜ਼ਰ ਆ ਰਿਹਾ। ਵੈਸੇ ਇੱਕ ਖਾਸ ਗੱਲ ਇਹ ਵੀ ਹੈ ਕਿ ਸ਼ਾਹਿਦ ਕਪੂਰ ਦੂਸਰੀ ਵਾਰ ਕ੍ਰਿਕਟਰ ਦੇ ਤੌਰ ਦੇ ਉੱਤੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ 2009 ਦੇ ਵਿੱਚ ਦਿਲ ਬੋਲੇ ਹੜੱਪਾ ਦੇ ਵਿੱਚ ਉਹ ਨਜ਼ਰ ਆਏ ਸੀਗੇ। ਸੋ ਹੁਣ ਅਸੀਂ ਜਾਣਾਂਗੇ ਪਬਲਿਕ ਤੋਂ ਉਹਨਾਂ ਦੇ ਰਿਵਿਊ ਕਿ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗੀ। ਸੋ ਫਿਲਮ ਨੂੰ ਕਿੰਨੇ ਕੁ ਨੰਬਰ ਦੇਣਗੇ, ਸੋ ਆਓ ਚੱਲਦੇ ਹਾਂ। ਹੁਣ ਅਸੀਂ ਜਾਣਾਂਗੇ ਪਬਲਿਕ ਰਿਵਿਊ। ਸੋ ਸਭ ਤੋਂ ਪਹਿਲਾਂ ਪੁੱਛਦੇ ਹਾਂ ਕਿਵੇਂ ਦੀ ਲੱਗੀ ਫਿਲਮ। ਰਿਵਿਊ ਤਾਂ ਮੈਂ 5/5 ਦੇਣਾ ਚਾਹੁੰਦਾ ਉਹਨਾਂ ਨੂੰ। ਵੈਸੇ ਉਹਨਾਂ ਦੀ ਜਿਹੜੀ ਆਪਣਾ ਸ਼ਾਹਿਦ ਕਪੂਰ ਦੀ ਐਕਟਿੰਗ ਬਹੁਤ ਵਧੀਆ ਲੱਗੀ ਸੀ ਮੈਨੂੰ, ਅਤੇ ਉਹ ਅਰਜੁਨ ਤਲਵਾਰ ਇੱਕ ਇੰਸਪੀਰੇਸ਼ਨਲ ਸੀਗੀ। ਆਪਣੇ ਪੰਜਾਬ ਵੱਲੋਂ ਖੇਲੇ ਸੀਗੇ ਰਣਜੀ ਟਰੋਫੀ, ਅਤੇ ਮੈਨੂੰ ਤਾਂ ਓਵਰਆਲ ਬਹੁਤ ਵਧੀਆ ਮੂਵੀ ਲੱਗੀ ਆ। ਸੋ ਮੈਂ ਚਾਹੁੰਦਾ ਵੀ ਸਾਡੇ ਜੋ ਵੀ ਸਾਰੀ ਪਬਲਿਕ ਹੈ ਉਹ ਜ਼ਰੂਰ ਦੇਖਣ ਆ ਗਏ। ਸਰ ਕਿਵੇਂ ਦੀ ਲੱਗੀ ਜਰਸੀ? ਬਹੁਤ ਹੀ ਵਧੀਆ, ਇਟਸ ਵੈਰੀ ਇਮੋਸ਼ਨਲ ਐਂਡ ਇੰਸਪੀਰੇਸ਼ਨਲ ਆਲਸੋ। ਸ਼ਾਹਿਦ ਕਪੂਰ ਇਜ਼ ਹੈਟਸ ਆਫ। ਸੋ ਜਦੋਂ ਮੂਵੀ ਦੇ ਵਿੱਚ ਕ੍ਰਿਕਟ ਦਾ ਦਿਖਾਇਆ ਗਿਆ ਉਹਨਾਂ ਦਾ ਕਿਰਦਾਰ ਕ੍ਰਿਕਟਰ ਦਾ, ਸੋ ਤੁਹਾਨੂੰ ਵੇਖ ਕੇ ਲੱਗਾ ਕਿ ਯਾਰ ਹੁਣ ਕ੍ਰਿਕਟ ਤਾਂ ਇੱਕ ਵਾਰੀ ਖੇਲਣੀ ਚਾਹੀਦੀ? ਯੈਸ ਓਬਵੀਅਸਲੀ, ਕ੍ਰਿਕਟ ਕਾ ਜੈਸੇ ਮਤਲਬ ਸਿਨੇਮੈਟੋਗ੍ਰਾਫੀ ਹੈ ਦੈਟ ਇਜ਼ ਵੈਰੀ ਗੁੱਡ, ਬਟ ਦ ਐਕਟਿੰਗ ਐਕਟਿੰਗ ਇਜ਼ ਮਸਟ ਵਾਚ। ਆਈਲ ਸੇ ਇਟ ਇਜ਼ ਦ ਮਸਟ ਵਾਚ ਮੂਵੀ ਇਨ ਥੀਏਟਰ। ਅੱਛਾ, ਜਿਹੜੀ ਉਹਨਾਂ ਦੇ ਸਨ ਫਾਦਰ ਦੀ ਕੈਮਿਸਟਰੀ ਵੀ ਦਿਖਾਈ ਗਈ ਆ, ਉਹ ਕਿਵੇਂ ਦੀ? ਦੈਟ ਇਜ਼ ਵੈਰੀ ਇਮੋਸ਼ਨਲ ਐਂਡ ਟਚਿੰਗ। ਯਾ, ਤੁਸੀਂ ਇਮੋਸ਼ਨਲ? ਯੈਸ। ਥੈਂਕ ਯੂ ਸੋ ਮਚ। ਅੱਛਾ, ਰਿਵਿਊਜ਼ ਕਿੰਨੇ ਨੰਬਰ ਦੇਣਾ ਚਾਹੁੰਦੇ? 5/5। ਦੈਟਸ ਗੁੱਡ, ਓਕੇ, ਥੈਂਕ ਯੂ ਸੋ ਮਚ। ਓਕੇ, ਸੋ ਮੈਮ ਕਿਵੇਂ ਦੀ ਲੱਗੀ ਫਿਲਮ? ਮੂਵੀ ਬਹੁਤ ਵਧੀਆ, ਸ਼ਾਹਿਦ ਕਪੂਰ ਦਾ ਕੰਮ ਵੀ ਬੜਾ ਅੱਛਾ ਹੈਗਾ, ਅਤੇ ਇੰਟਰਸਟਿੰਗ ਸਟੋਰੀ ਹੈ। ਮਤਲਬ ਸ਼ੁਰੂ ਤੋਂ ਤੁਹਾਡਾ ਇੰਟਰਸਟ ਬਣਿਆ ਰਹਿੰਦਾ ਕਿ ਲਾਸਟ ਤੱਕ ਹੁਣ ਕੀ ਹੋਏਗਾ। ਬਹੁਤ ਵਧੀਆ ਲੱਗਿਆ। ਸੋ ਇੱਕ ਬਾਪ ਬੇਟੇ ਦੀ ਕੈਮਿਸਟਰੀ ਵੀ ਦਿਖਾਈ ਗਈ ਹੈ ਜੋ ਕਾਫੀ ਇਮੋਸ਼ਨਲ ਹੈਗੀ ਹੈ ਕਿ ਆਪਣਾ ਇੱਕ ਫਾਦਰ ਆਪਣੇ ਬੇਟੇ ਲਈ ਇੰਨਾ ਕੁਝ ਕਰ ਰਿਹਾ, ਸੋ ਕਿਵੇਂ ਦਾ ਲੱਗਾ ਉਹ ਇਮੋਸ਼ਨ? ਹਾਂ, ਉਹ ਇਮੋਸ਼ਨ ਬਹੁਤ ਟਚਿੰਗ ਸੀ। ਮਤਲਬ ਜਿਸ ਤਰ੍ਹਾਂ ਲੱਗਦਾ ਕਿ ਉਹ ਕਿਸ ਤਰ੍ਹਾਂ ਇੱਕ ਆਪਣੇ ਬੱਚੇ ਦੀ ਵਿਸ਼, ਛੋਟੀ ਜਿਹੀ ਵਿਸ਼ ਪੂਰੀ ਕਰਨ ਵਾਸਤੇ ਕਿੱਦਾਂ ਉਹ ਸਟਰਗਲ ਕਰਦਾ, ਅਤੇ ਉਹਦੀ ਉਹ ਜਰਨੀ ਸਾਰੀ ਦਿਖਾਈ ਹੈ ਸਟਰਗਲ ਦੀ ਵੀ ਕਿਸ ਤਰ੍ਹਾਂ। ਹਾਂਜੀ ਹਾਂ। ਸਰ ਤੁਹਾਨੂੰ ਕਿਵੇਂ ਦੀ ਲੱਗੀ? ਮੈਨੂੰ ਵਧੀਆ ਲੱਗੀ। ਅੱਛਾ, ਕਿੰਨੇ ਨੰਬਰ ਦੇਣਾ ਚਾਹੋਗੇ? ਕਿੰਨੇ ਚੋਂ? 5/5। ਕਿਆ ਬਾਤ ਹੈ। ਔਰ ਆਡੀਅੰਸ ਨੂੰ ਕੀ ਕਹਿਣਾ ਚਾਹੋ? ਆਡੀਅੰਸ ਨੂੰ ਵੀ ਕਹਾਂਗਾ ਵੀ ਜ਼ਰੂਰ ਦੇਖ ਕੇ ਆਉਣ, ਪਿਕਚਰ ਬਹੁਤ ਅੱਛੀ ਹੈ ਜੀ। ਕਿਵੇਂ ਦੀ ਲੱਗੀ ਮੈਮ ਫਿਲਮ? ਬਹੁਤ ਬੜੀਆ। ਕਹਾਣੀ ਕਿਵੇਂ ਦੀ ਲੱਗੀ, ਸਟੋਰੀ ਲਾਈਨ 'ਚੋਂ ਦਿਖਾਈ? ਹਾਰਟ ਟਚਿੰਗ। ਮਤਲਬ ਕੋਈ ਬੇਵਕੂਫੀ ਹੋਗਾ ਜੋ ਉਸਕੋ ਧਿਆਨ ਸੇ ਨਹੀਂ ਦੇਖੇਗਾ, ਉਸਕੀ ਐਕਟਿੰਗ ਇਤਨੀ ਜ਼ਬਰਦਸਤ, ਕੋਈ ਟੱਕਰ ਨਹੀਂ ਦੇ ਸਕਤਾ ਸ਼ਾਹਿਦ ਕਪੂਰ ਕੋ, ਉਸਕੋ ਕੋਈ ਮੈਚ ਹੀ ਨਹੀਂ ਕਰ ਸਕਤਾ, ਉਸ ਜੈਸਾ ਕੋਈ ਐਕਟਰ ਹੈ ਹੀ ਨਹੀਂ, ਹੋਗਾ ਵੀ ਮਤਲਬ ਬਹੁਤ ਹੈ, ਬਟ ਜੋ ਜੈਸੀ ਉਸਕੀ ਐਕਟਿੰਗ ਹੈ, ਉਸਨੇ ਪੂਰੀ ਜਾਨ ਲਗਾ ਦੀ ਇਸ ਮੂਵੀ ਮੇਂ। ਮੈਂ ਅੱਜ ਤੱਕ ਇੰਨਾ ਸੀਰੀਅਸ ਰਿਵਿਊ ਕਦੇ ਨਹੀਂ ਵੇਖਿਆ ਦਿੰਦੇ ਹੋਇਆ। ਅੱਛਾ, ਸੋ ਇਮੋਸ਼ਨਲ ਹੋਏ ਸੀ? ਬਹੁਤ ਜ਼ਿਆਦਾ। ਹੁਣ ਵੀ ਹੋ ਰਹੇ ਹੋ? ਥੋੜ੍ਹਾ ਥੋੜ੍ਹਾ, ਮਤਲਬ ਹਰ ਕੋਈ ਐਕਚੁਅਲੀ ਇਹ ਨਾ ਪੂਰੀ ਮੂਵੀ 'ਚ ਇਮੋਸ਼ਨਲ ਸੀਗੇ। ਸੋ ਮੈਂ ਇਹਨਾਂ ਨੂੰ 2-3 ਵਾਰੀ ਕੀ ਟਰਾਈ ਵੀ ਕੀਤਾ ਸੀਗਾ, ਇਹ ਪੂਰੀ ਕੰਸਨਟ੍ਰੇਸ਼ਨ ਮੂਵੀ 'ਤੇ ਸੀਗੀ ਪੂਰੀ ਇਹਨਾਂ ਦੀ, ਅਤੇ ਇਹਨਾਂ ਨੇ ਪੂਰੀ ਪ੍ਰੋਪਰ ਤਰ੍ਹਾਂ ਦੇਖੀ ਐਂਡ ਐਕਟਿੰਗ ਸ਼ਾਹਿਦ ਕਪੂਰ ਦੀ ਬੈਸਟ ਸੀਗੀ, ਬਹੁਤ ਵਧੀਆ ਐਕਟਿੰਗ ਸੀਗੀ। ਅਤੇ ਜੋ ਉਹਨਾਂ ਦੇ ਨਾਲ ਸੀਗੇ ਫੀਮੇਲ ਕਾਸਟ ਮ੍ਰਿਣਾਲ ਠਾਕੁਰ, ਉਹਨਾਂ ਦੀ ਐਕਟਿੰਗ ਵੀ ਬਹੁਤ ਵਧੀਆ ਸੀਗੀ, ਉਹਨਾਂ ਨੇ ਸਾਥ ਦਿੱਤਾ ਆਪਣੇ ਪਾਰਟਨਰ ਦਾ ਜਿੱਦਾਂ ਵੀ ਹੈ ਉਹਨਾਂ ਨਾਲ। ਅਤੇ ਸ਼ਾਹਿਦ ਕਪੂਰ ਦੀ ਇੱਕ ਵਧੀਆ ਚੀਜ਼ ਲੱਗੀ ਸੀ ਵੀ ਉਹਨਾਂ ਨੇ ਆਪਣੀ ਪ੍ਰੋਬਲਮ ਕਰਕੇ ਹੀ ਆਪਣੀ ਜਿਹੜੀ ਸੀਗੀ ਉਹ ਆਪਣਾ ਕ੍ਰਿਕਟ ਛੱਡ ਦਿੰਦੇ ਸੀਗੇ, ਡਰੋਪ ਕਰ ਦਿੰਦੇ ਸੀਗੇ। ਅਤੇ ਆਫਟਰ ਦੈਟ ਫਿਰ ਉਹਨਾਂ ਦਾ ਬੱਚਾ ਕਹਿੰਦਾ ਸੀ ਕਿ ਵੀ ਤੁਸੀਂ ਇਹ ਇੰਡੀਅਨ ਜਰਸੀ ਦੇ ਵਿੱਚ ਆਓਗੇ। ਫਾਦਰ ਔਰ ਸਨ ਕਾ ਜੋ ਰਿਲੇਸ਼ਨ ਥਾ ਵੋ ਇਤਨਾ ਬਖੂਬੀ ਨਿਭਾਇਆ ਉਹਨਾਂ ਨੇ। ਇੱਕ ਫਾਦਰ ਆਪਣੇ ਬੱਚੇ ਕੇ ਲਈ ਕਿਆ ਕੁਛ ਕਰ ਸਕਤਾ ਹੈ,
वो कभी बता नहीं सकता रियलिटी में जो वो, तो मतलब हमें लगता है कि भाई वो किसी, अगर हम कुछ मांगते हैं उनसे वो मना कर देते हैं, हमें नहीं समझ में आता कि वो मना क्यों कर रहे हैं, हमें नहीं पता चलता कि उनकी क्या सिचुएशन है उस टाइम पे। तो वो जो उन्होंने वहाँ पे बताया कि भाई एक फादर अपने बच्चे के लिए क्या कुछ कर सकता है, वहाँ पे बहुत ज़्यादा ऐसा लग रहा था कि भाई हमने अभी तक जो भी अपने मम्मी पापा को बोला है कि आप लोग इतना कुछ करते नहीं हो, नहीं हमें नहीं पता कि वो कितना कुछ करते हैं हमारे लिए। जैसे कितने नंबर देना चाहिए? जितने दो उतने कम है। ऑडियंस को क्या कहना चाहोगी? सबको मूवी देखनी चाहिए। ऑडियंस को यही कहना चाहने की मस्ट वॉच, बेस्ट मूवी है। फैमिली के साथ जाके देखो, दोस्तों को ले जाओ, सबके साथ जाओ, कोई मिस ना करे। बहुत ही ज़्यादा इंस्पिरेशनल मूवी है, हार्ट टचिंग है। सो अभी जानते हैं इनसे भी कि इनको कैसी लगी जर्सी फिल्म। मैम कैसी लगी फिल्म? हाँ, फिल्म बहुत अच्छी थी, इमोशनल थी और मतलब हार्ट टचिंग थी, क्योंकि एक फादर अपने बेटे के लिए दोबारा क्रिकेट शुरू करता है, ठीक है, तो उसको मॉरल सपोर्ट देता है, ठीक है, तो मुझे तो काफ़ी अच्छी लगी। आप भी देखें, आपको भी अच्छी लगेगी। बात साउथ की फिल्म थी ये जिसका रीमेक बना है बॉलीवुड में, सो साउथ की ज़्यादा अच्छी है ये वाली? एक्चुअली मुझे साउथ की ज़्यादा अच्छी थी, क्योंकि मैंने फ़र्स्ट टाइम वो देखी थी पहले, ठीक है, लेकिन ये भी अच्छी है क्योंकि हिंदी में तो हम ज़्यादा हिंदी ही देखते हैं, इसलिए ज़्यादा मुझे ये भी अच्छी लगी। शाहिद कपूर की एक्टिंग कैसी लगी? हाँ, बहुत अच्छी थी, कबीर सिंह की और इसकी बहुत अच्छी थी, दोनों मूवीज़ में। ओके, सो रेटिंग कितनी करना चाहेंगे, कितने नंबर देना? हाँ, मेरे तो पूरे 5। हाँ, ऑडियंस से कुछ कहना चाहेंगे? हाँ, ज़रूर आएँ, देखें और सपोर्ट करें, क्योंकि एक फादर अपने बेटे के लिए इतना कर रहा है तो ऑब्वियसली सपोर्ट करना चाहिए हर किसी को। सो मैम कैसी लगी मूवी? मूवी बहुत बढ़िया है, अभी सेकंड टाइम देखा मैंने शाहिद कपूर को ऑन स्क्रीन फिर से, फर्स्ट टाइम मैंने कबीर सिंह में देखा था, अभी मैंने उन्हें दोबारा देखा है तो मुझे काफ़ी अच्छा लगा उनको देख। सो एक्टिंग कैसी? एक्टिंग बहुत अच्छी है, सेकेंड टाइम क्रिकेट वाली मूवी देखी है मैंने उनकी, अदरवाइज मैं क्रिकेट इतना देखती भी नहीं हूँ, बट स्पेशली मैंने आके उनके लिए ये देखा है बस। मृणाल ठाकुर को जानते हो, उनकी केमिस्ट्री कैसे लगी शाहिद कपूर के साथ? जैसी पहले कबीर सिंह की थी, द वन ऑफ बेस्ट, वैसी है वो सेकेंड, उनसे भी ज़्यादा अच्छी लगी मुझे तो वो। तो मैं तो सभी को यही रिकमेंड करूँगी कि KGF तो सभी देख ही रहे हैं, आप लोग आके एक बार ये मूवी भी देखो, तो बस इतने ही। नंबर कितने देना चाहेंगे 5 में से? मैं 10 ही देना चाहूँगी उन्हें। सो ए सी जर्सी फिल्म दे रिव्यू जो कि बाई नू रिलीज़ हुई सी, लोगों दे वाले रिव्यू ले गए, लोगों नू पसंद भी आ रही है, हालांकि फिल्म नू वेखन इन्नी ज़्यादा ऑडियंस नहीं पहुँची है। इसका एक रीज़न ये भी है कि KGF रिलीज़ हुई है Chapter 2, जिसनों वेखन दे लई हुण भी बहुत सारे लोग आ रहे हैं, पर जर्सी फिल्म नू जिन्ने भी रिव्यूज़ आए हैं हुण तक सारे दे बहुत ही वधिया रिव्यूज़ आए हैं, क्योंकि इस दे विच कह रहे हैं कि शाहिद कपूर की एक्टिंग बहुत वधिया है, जो उन्हों का सन फादर का बॉन्ड दिखाया गया वो भी बहुत ही कमाल का दिखाया गया। इस दे नाल ही तुहानू दस दिए कि शाहिद कपूर जो ना वो सैकेंड टाइम क्रिकेटर का रोल कर रहे हैं, इस तो पहला भी वो एक फिल्म दे विच नज़र आए थे। वैसे इस साउथ फिल्म का रीमेक बनाया गया, जो कि अक्सर सारे बॉलीवुड दी फिल्मां साउथ दी फिल्मां नू लैके ही कॉपी कर दें या इधर फिल्मों को बनाते हैं। सो ये फिल्म बहुत वधिया रिव्यू दे रही है, बहुत अच्छे रिस्पोंस मिल रहे हैं लोगों के वालों। सो इस दे नाल ही ए सी साडा अज दा पब्लिक रिव्यू लोगों के कोलों जाने कि उन्होंने जर्सी फिल्म किवें दी लगी है। सो इस दे नाल ही देखते रहो फैक्ट न्यूज़ बॉलीवुड चिंगारी। हक ते सच दी खबर लई लाइक ते सब्सक्राइब करो पंजाब दा नंबर 1 डिजिटल चैनल फैक्ट न्यूज़।